ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਅਸੀਂ ਪਲਾਂਟ ਕਿੰਗਡਮ ਦੇ ਲਾਸਟ ਟੋਪਿਕ ਐਂਜੀਓਸਪਰਮਸ ਦੇ ਬਾਰੇ ਪੜ੍ਹਾਂਗੇ, ਜਿਸ ਦੇ ਵਿੱਚ ਅਸੀਂ ਦੇਖਾਂਗੇ ਕਿ ਕਿੰਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਪਲਾਂਟਸ ਹੁੰਦੇ ਨੇ ਅਤੇ ਇਹ ਐਂਜੀਓਸਪਰਮਸ ਕਿੱਦਾਂ ਡਿਫਰੈਂਟ ਹੁੰਦੇ ਨੇ ਜਿਮਨੋਸਪਰਮਸ ਤੋਂ। ਤਾਂ ਐਂਜੀਓਸਪਰਮਸ ਦੇ ਵਿੱਚ ਉਹ ਸਾਰੇ ਪਲਾਂਟਸ ਦੇ ਬਾਰੇ ਅਸੀਂ ਪੜ੍ਹਾਂਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਫਲਾਵਰਸ ਦੇਖਣ ਨੂੰ ਮਿਲਦੇ ਨੇ। ਤਾਂ ਫਲਾਵਰਸ ਬੇਅਰ ਕਰਨ ਵਾਲੇ ਜਿੰਨੇ ਵੀ ਪਲਾਂਟਸ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਐਂਜੀਓਸਪਰਮਸ ਕਹਿੰਦੇ ਹਾਂ। ਤਾਂ ਐਂਜੀਓਸਪਰਮਸ ਜਿਹੜੇ ਨੇ ਉਹਨਾਂ ਦੇ ਫਰੂਟਸ ਦੇ ਵਿੱਚ ਤੁਹਾਨੂੰ ਸੀਡਸ ਵੀ ਦੇਖਣ ਨੂੰ ਮਿਲਣਗੇ। ਤਾਂ ਇਹ ਐਂਜੀਓਸਪਰਮਸ ਨੂੰ ਅਸੀਂ ਫਿਰ ਫਲਾਵਰਿੰਗ ਪਲਾਂਟਸ ਵੀ ਕਹਿ ਸਕਦੇ ਹਾਂ। ਅਤੇ ਐਂਜੀਓਸਪਰਮਸ ਜਿਹੜੇ ਨੇ ਇਹ ਐਕਸੈਪਸ਼ਨਲੀ ਇੱਕ ਬਹੁਤ ਵੱਡਾ ਗਰੁੱਪ ਬਣਾਉਂਦੇ ਨੇ, ਮਤਲਬ ਇਹਨਾਂ ਦੇ ਵਿੱਚ ਸਾਨੂੰ ਬਹੁਤ ਤਰ੍ਹਾਂ ਦੇ ਪਲਾਂਟਸ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਅਤੇ ਇਹ ਸਾਨੂੰ ਬਹੁਤ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਹੈਬੀਟੈਟਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਤਾਂ ਜ਼ਰੂਰੀ ਨਹੀਂ ਹੈ ਵੀ ਇਹ ਤੁਹਾਨੂੰ ਸਿਰਫ ਜਿਹੜੇ ਨੇ ਉਹ ਨੋਰਮਲ ਜਿਵੇਂ ਸਾਡਾ ਪੰਜਾਬ ਦਾ ਕਲਾਈਮੇਟ ਹੈ ਉਹਦੇ ਵਿੱਚ ਹੀ ਦੇਖਣ ਨੂੰ ਮਿਲਦੇ ਨੇ, ਇਹ ਤੁਹਾਨੂੰ ਹਿੱਲੀ ਸਟੇਸ਼ਨ ਦੇ ਵਿੱਚ ਬਰਫ਼ ਵਾਲੇ ਏਰੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਨੇ। ਸੋ ਇਹਨਾਂ ਦਾ ਜਿਹੜਾ ਹੈਬੀਟੈਟ ਹੈ ਉਸਦੀ ਰੇਂਜ ਜਿਹੜੀ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ। ਜੇ ਇਹਨਾਂ ਦੇ ਸਾਈਜ਼ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਸਾਨੂੰ ਸਮੋਲੈਸਟ ਪਲਾਂਟ ਵੀ ਦੇਖਣ ਨੂੰ ਮਿਲਦਾ ਹੈ, ਜਿਵੇਂ ਕਿ ਵੋਲਫੇਅਰ ਦੀ ਅਸੀਂ ਇਗਜ਼ਾਮਪਲ ਲੈ ਸਕਦੇ ਹਾਂ, ਅਤੇ ਸਾਨੂੰ ਟੋਲ ਯੂਕਲਿਪਟਸ ਵਰਗੇ ਟ੍ਰੀ ਵੀ ਦੇਖਣ ਨੂੰ ਮਿਲਦੇ ਨੇ। ਹੁਣ ਅਸੀਂ ਗੱਲ ਕਰਾਂਗੇ ਇਹਨਾਂ ਪਲਾਂਟਸ ਦੀ ਡਿਫਰੈਂਟ ਕਲਾਸਿਸ ਦੀ। ਅਸੀਂ ਇਹਨਾਂ ਨੂੰ ਦੋ ਕਲਾਸਿਸ ਦੇ ਵਿੱਚ ਜਦੋਂ ਡਿਵਾਈਡ ਕਰਦੇ ਹਾਂ ਤਾਂ ਅਸੀਂ ਡਾਇਕੋਟਿਲੇਡਨਸ ਜਾਂ ਫਿਰ ਇਹਨਾਂ ਨੂੰ ਮੋਨੋਕੋਟਿਲੇਡਨਸ ਕਹਿੰਦੇ ਹਾਂ। ਡਾਇਕੋਟਿਲੇਡਨਸ ਉਹ ਪਲਾਂਟਸ ਹੋਣਗੇ ਜਿਨ੍ਹਾਂ ਦੇ ਸੀਡਸ ਕੋਲ ਦੋ ਕੋਟਿਲੇਡਨਸ ਹੋਣਗੀਆਂ। ਮੋਨੋਕੋਟਿਲੇਡਨ, ਮੋਨੋ ਤੋਂ ਮਤਲਬ ਹੁੰਦਾ ਸਿੰਗਲ, ਤਾਂ ਮੋਨੋਕੋਟਿਲੇਡਨਸ ਇਹੋ ਜਿਹੇ ਟ੍ਰੀ ਨੇ ਜਿਨ੍ਹਾਂ ਦੇ ਸੀਡਸ ਕੋਲ ਸਿਰਫ ਇੱਕ ਹੀ ਕੋਟਿਲੇਡਨ ਹੋਏਗੀ। ਤਾਂ ਸਿੰਗਲ ਕੋਟਿਲੇਡਨਸ ਸੀਡਸ ਵਾਲੇ ਜਿਹੜੇ ਟ੍ਰੀ ਨੇ ਉਹਨਾਂ ਨੂੰ ਅਸੀਂ ਮੋਨੋਕੋਟਿਲੇਡਨਸ ਕਹਿੰਦੇ ਹਾਂ। ਅਤੇ ਜਿਹੜੇ ਡਾਇਕੋਟਿਲੇਡਨਸ ਹੋਣਗੇ ਉਹਨਾਂ ਦੇ ਜਿਹੜੇ ਪੱਤੇ ਨੇ ਉਹਨਾਂ ਦੀ ਜੇ ਅਸੀਂ ਵੇਨੀਏਸ਼ਨ ਦੀ ਗੱਲ ਕਰੀਏ, ਮਤਲਬ ਪੱਤਿਆਂ ਦੇ ਉੱਪਰ ਜੇ ਅਸੀਂ ਵੇਨਸ, ਜਿਵੇਂ ਕਿ ਤੁਹਾਨੂੰ ਫੋਟੋਗ੍ਰਾਫ ਦੇ ਵਿੱਚ ਦਿਖਾਈ ਦੇ ਰਹੀਆਂ ਨੇ, ਜੇ ਅਸੀਂ ਵੇਨਸ ਦੀ ਅਰੇਂਜਮੈਂਟ ਨੂੰ ਦੇਖੀਏ ਤਾਂ ਉਹ ਸਾਨੂੰ ਮਿਡ ਰਿਬ ਦੇ ਨਾਲ ਪੈਰਲਲ ਨਹੀਂ ਦਿਖਾਈ ਦਿੰਦੀ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਰੈਟੀਕੂਲੇਟ ਵੈਨੀਏਸ਼ਨ। ਉਹੀ ਜੇ ਅਸੀਂ ਗੱਲ ਕਰੀਏ ਮੋਨੋਕੋਟਿਲੇਡਨਸ ਪਲਾਂਟਸ ਦੀ, ਤਾਂ ਉੱਥੇ ਸਾਨੂੰ ਲੀਵਸ ਦੇ ਵਿੱਚ ਮਿਡ ਰਿਬ ਦੇ ਨਾਲ ਵੇਨਸ ਜਿਹੜੀਆਂ ਨੇ ਉਹ ਪੈਰਲਲ ਦਿਖਾਈ ਦੇਣਗੀਆਂ, ਤਾਂ ਉੱਥੇ ਲੀਵਸ ਦੇ ਵਿੱਚ ਵੈਨੀਏਸ਼ਨ ਜਿਹੜੀ ਹੋਊਗੀ ਉਹ ਪੈਰਲਲ ਵੈਨੀਏਸ਼ਨ ਹੋਊਗੀ। ਉੱਥੇ ਹੀ ਜੇ ਅਸੀਂ ਇਹਨਾਂ ਪਲਾਂਟਸ ਦੇ ਉੱਪਰ ਫਲਾਵਰਸ ਦੀ ਗੱਲ ਕਰੀਏ, ਤਾਂ ਜੇਕਰ ਡਾਇਕੋਟਿਲੇਡਨਸ ਪੌਦਾ ਹੈ ਤਾਂ ਉਸ ਪੌਦੇ ਦੇ ਜਿਹੜੇ ਫੁੱਲ ਹੋਣਗੇ ਉਹ ਟੈਟਰਾਮੈਰਸ ਜਾਂ ਫਿਰ ਪੈਂਡਾਮੈਰਸ ਹੋਣਗੇ, ਮਤਲਬ ਜਿਹੜੇ ਪੈਟਲਸ ਜਾਂ ਸੈਪਲਸ ਹੋਣਗੀਆਂ ਉਹ ਗਿਣਤੀ ਦੇ ਵਿੱਚ ਪੰਜ ਜਾਂ ਚਾਰ ਹੀ ਹੋਣਗੀਆਂ। ਉੱਥੇ ਹੀ ਮੋਨੋਕੋਟਿਲੇਡਨਸ ਦੇ ਕੇਸ ਦੇ ਵਿੱਚ ਸਾਨੂੰ ਤਿੰਨ ਪੱਤੀਆਂ ਵਾਲੇ ਫੁੱਲ ਦੇਖਣ ਨੂੰ ਮਿਲਣਗੇ, ਮਤਲਬ ਟ੍ਰਾਈਮੈਰਸ ਫਲਾਵਰਸ ਦੇਖਣ ਨੂੰ ਮਿਲਣਗੇ। ਹੁਣ ਅਸੀਂ ਦੇਖ ਪਾ ਰਹੇ ਹਾਂ ਫਲਾਵਰ ਦਾ ਸਟਰਕਚਰ, ਜਿਸ ਦੇ ਵਿੱਚ ਸਾਨੂੰ ਡਿਫਰੈਂਟ ਡਿਫਰੈਂਟ ਪਾਰਟਸ ਦਿਖ ਰਹੇ ਨੇ। ਤਾਂ ਜਦੋਂ ਅਸੀਂ ਸਟਾਰਟ ਕੀਤਾ ਸੀ ਲੈਕਚਰ ਤਾਂ ਅਸੀਂ ਕਿਹਾ ਕਿ ਅੱਜ ਅਸੀਂ ਪੜ੍ਹਾਂਗੇ ਐਂਜੀਓਸਪਰਮਸ ਦੇ ਬਾਰੇ, ਤਾਂ ਉੱਥੇ ਫਿਰ ਸਾਨੂੰ ਫਲਾਵਰ ਦੇ ਪਾਰਟ ਜਿਹੜੇ ਨੇ ਉਹ ਵੀ ਦੇਖਣੇ ਪੈਣਗੇ। ਤਾਂ ਫਲਾਵਰ ਦੇ ਅੰਦਰ ਸਾਨੂੰ ਡਿਫਰੈਂਟ ਡਿਫਰੈਂਟ ਪਾਰਟਸ ਦਿਖ ਰਹੇ ਨੇ, ਜਿਹੜਾ ਕਿ ਇਹ ਸਾਨੂੰ ਓਵਲ ਸਟਰਕਚਰ ਦਿਖ ਰਿਹਾ ਇੱਥੇ, ਇਸ ਨੂੰ ਅਸੀਂ ਬੋਲਦੇ ਹਾਂ ਓਵਰੀ, ਅਤੇ ਇਸ ਦੇ ਉੱਪਰ ਜਿਹੜੀ ਸਾਨੂੰ ਇਹ ਪਾਈਪ ਦਿਖ ਰਹੀ ਹੈ ਇਸ ਨੂੰ ਅਸੀਂ ਬੋਲਦੇ ਹਾਂ ਸਟਾਈਲ, ਅਤੇ ਇਸ ਦੇ ਉੱਪਰ ਵਾਲਾ ਜਿਹੜਾ ਇਹ ਪੋਰਸ਼ਨ ਹੈ ਇਸ ਨੂੰ ਅਸੀਂ ਬੋਲਦੇ ਹਾਂ ਸਟਿਗਮਾ। ਅਤੇ ਹੁਣ ਇਸੇ ਓਵਰੀ ਦੇ ਅੰਦਰ ਮੌਜੂਦ ਹੁੰਦੇ ਨੇ ਓਵਿਊਲਸ, ਅਤੇ ਸਟਿਗਮਾ ਸਟਾਈਲ ਓਵਰੀ ਨੂੰ ਮਿਲਾ ਕੇ
ਓਵਰੀ ਦੇ ਅੰਦਰ ਹੀ, ਕਿਉਂਕਿ ਓਵਿਊਲ ਹੁੰਦੇ ਨੇ, ਇਹਨਾਂ ਨੂੰ ਮਿਲਾ ਕੇ ਅਸੀਂ ਬੋਲਦੇ ਹਾਂ ਕਾਰਪਲ, ਅਤੇ ਇਹ ਜਿਹੜਾ ਹੈ ਫੀਮੇਲ ਰਿਪ੍ਰੋਡਕਟਿਵ ਪਾਰਟ ਬਣਦਾ ਹੈ। ਉਸ ਤੋਂ ਬਾਅਦ ਜੇ ਅਸੀਂ ਦੇਖੀਏ ਇਸ ਸਟਰਕਚਰ ਨੂੰ, ਤਾਂ ਇਸ ਸਟਰਕਚਰ ਦੇ ਉੱਪਰ ਜਿਹੜੇ ਸਾਨੂੰ ਇਹ ਔਰੇਂਜ ਕਲਰ ਦੇ ਵਿੱਚ ਦਿਖਾਈ ਦੇ ਰਿਹਾ, ਇਸ ਨੂੰ ਅਸੀਂ ਬੋਲਦੇ ਹਾਂ ਐਂਥਰ। ਐਂਥਰ ਤੋਂ ਨੀਚੇ ਜੋ ਇਹਨੂੰ ਸਟਰਕਚਰ ਸਪੋਰਟ ਕਰ ਰਿਹਾ, ਇਸ ਨੂੰ ਬੋਲਿਆ ਜਾਂਦਾ ਫਿਲਾਮੈਂਟ, ਅਤੇ ਇਸ ਫਿਲਾਮੈਂਟ ਦੇ ਥਰੂ ਐਂਥਰ ਜਿਹੜੀ ਹੈ ਉਹ ਥੈਲਾਮਸ ਦੇ ਉੱਪਰ ਅਟੈਚ ਹੁੰਦੀ ਹੈ ਜਾਂ ਫਿਰ ਪੈਟਲਸ ਦੇ ਉੱਪਰ ਅਟੈਚ ਹੁੰਦੀ ਹੈ। ਹੁਣ ਇਸ ਐਂਥਰ ਅਤੇ ਫਿਲਾਮੈਂਟ ਨੂੰ ਅਸੀਂ ਕਲੈਕਟਿਵਲੀ ਸਟੇਮਨ ਬੋਲਦੇ ਹਾਂ, ਜੋ ਕਿ ਮੇਲ ਰਿਪ੍ਰੋਡਕਟਿਵ ਪਾਰਟ ਬਣਦਾ ਹੈ। ਹੁਣ ਇਸ ਤੋਂ ਇਲਾਵਾ ਜਿਹੜੇ ਕਲਰਫੁੱਲ ਪਾਰਟਸ ਤੁਹਾਨੂੰ ਦਿਖ ਰਹੇ ਨੇ, ਇਸ ਨੂੰ ਅਸੀਂ ਬੋਲਦੇ ਹਾਂ, ਜੋ ਤੁਹਾਨੂੰ ਪਿੰਕ ਕਲਰ ਦੇ ਵਿੱਚ ਦਿਖ ਰਹੇ ਨੇ, ਇਹ ਜਿਹੜੇ ਕਲਰਫੁੱਲ ਪਾਰਟਸ ਨੇ, ਮਤਲਬ ਜਿਹੜੀਆਂ ਇਹ ਪੱਤੀਆਂ ਨੇ, ਇਹਨਾਂ ਦਾ ਕਲਰ ਜਿਹੜਾ ਹੈ ਉਹ ਵੇਰੀ ਕਰ ਸਕਦਾ ਹੈ, ਅਤੇ ਇਹਨਾਂ ਕਲਰਫੁੱਲ ਪੱਤੀਆਂ ਨੂੰ ਅਸੀਂ ਬੋਲਦੇ ਹਾਂ ਪੈਟਲਸ। ਇਹਨਾਂ ਦਾ ਬੇਸਿਕ ਕੰਮ ਹੁੰਦਾ ਹੈ ਜਿਹੜਾ ਹੈ ਉਹ ਇਨਸੈਕਟਸ ਨੂੰ ਇਲਿਓਰ ਕਰਨਾ ਹੈ, ਉਹਨਾਂ ਨੂੰ ਇੰਡੀਕੇਸ਼ਨ ਦੇਣੀ ਹੈ ਸੋ ਦੈਟ ਉਹ ਫਲਾਵਰਸ ਵੱਲ ਅਟਰੈਕਟ ਹੋਣ, ਅਤੇ ਉਹਨਾਂ ਦੇ ਥਰੂ ਜਿਹੜੀ ਹੈ ਪੋਲੀਨੇਸ਼ਨ ਵੀ ਹੋ ਸਕੇ, ਅਤੇ ਉਹ ਆਪਣਾ ਨੈਕਟਰ ਜਿਹੜਾ ਹੈ ਉਹ ਫਲਾਵਰਸ ਤੋਂ ਰਿਸੀਵ ਕਰ ਸਕਣ। ਸੋ ਉਸ ਤੋਂ ਇਲਾਵਾ ਹੁਣ ਇਸ ਤੋਂ ਨੀਚੇ ਤੁਹਾਨੂੰ ਗ੍ਰੀਨ ਕਲਰ ਦੇ ਕੁਛ ਪੱਤੇ ਦਿਖਾਈ ਦੇ ਰਹੇ ਨੇ, ਇਹ ਜਿਹੜੇ ਪੋਰਸ਼ਨਸ ਤੁਹਾਨੂੰ ਦਿਖ ਰਹੇ ਨੇ ਇਹਨਾਂ ਨੂੰ ਬੋਲਿਆ ਜਾਂਦਾ ਸੇਪਲਸ। ਤਾਂ ਇੱਦਾਂ ਪੂਰਾ ਸਟਰਕਚਰ ਜਿਹੜਾ ਹੈ ਉਹ ਫਲਾਵਰ ਦਾ ਬਣਦਾ ਇਸ ਦੇ ਵਿੱਚ। ਹੁਣ ਕਿਉਂਕਿ ਦੋਨੋਂ ਹੀ ਪਾਰਟ, ਮੇਲ ਰਿਪ੍ਰੋਡਕਟਿਵ ਪਾਰਟ ਅਤੇ ਫੀਮੇਲ ਰਿਪ੍ਰੋਡਕਟਿਵ ਪਾਰਟ, ਦੋਨੋਂ ਹੀ ਪ੍ਰੈਜੈਂਟ ਨੇ, ਤਾਂ ਜਿਹੜਾ ਇਹ ਫਲਾਵਰ ਹੈ ਇਹ ਬਾਈਸੈਕਸ਼ੂਅਲ ਹੈ। ਜੇਕਰ ਫਲਾਵਰਸ ਦੇ ਅੰਦਰ ਇੱਕ ਹੀ ਰਿਪ੍ਰੋਡਕਟਿਵ ਪਾਰਟ ਮੌਜੂਦ ਹੋਵੇ, ਮਤਲਬ ਜਾਂ ਤਾਂ ਕਾਰਪਲ ਮੌਜੂਦ ਹੋਵੇ ਜਾਂ ਫਿਰ ਸਟੇਮਨ ਮੌਜੂਦ ਹੋਵੇ, ਤਾਂ ਉੱਦਾਂ ਦੇ ਜਿਹੜੇ ਫਲਾਵਰਸ ਹੋਣਗੇ ਉਹਨਾਂ ਨੂੰ ਅਸੀਂ ਯੂਨੀਸੈਕਸ਼ੂਅਲ ਕਹਾਂਗੇ। ਹੁਣ ਅਸੀਂ ਇਹ ਜਿਹੜਾ ਫਲਾਵਰ ਲਿਆ ਉਹ ਹੈਗਾ ਬਾਈਸੈਕਸ਼ੂਅਲ, ਅਤੇ ਇਹਦੀ ਐਗਜ਼ਾਮਪਲ ਅਸੀਂ ਹਾਈਬਿਸਕਸ ਲੈ ਸਕਦੇ ਹਾਂ। ਹੁਣ ਅਸੀਂ ਇਸ ਦੇ ਵਿੱਚ ਦੇਖਾਂਗੇ ਕਿ ਰਿਪ੍ਰੋਡਕਸ਼ਨ ਕਿੱਦਾਂ ਹੁੰਦੀ ਹੈ। ਹੁਣ ਜਦੋਂ ਅਸੀਂ ਮੇਲ ਰਿਪ੍ਰੋਡਕਟਿਵ ਪਾਰਟ ਅਤੇ ਫੀਮੇਲ ਰਿਪ੍ਰੋਡਕਟਿਵ ਪਾਰਟ ਦੀ ਗੱਲ ਕਰੀਏ, ਤਾਂ ਇਹਨਾਂ ਦੇ ਅਸੀਂ ਗੈਮੀਟਸ ਦੀ ਗੱਲ ਵੀ ਕਰਾਂਗੇ। ਜਿਹੜੀ ਓਵਰੀ ਹੈ ਉਹ ਓਵਿਊਲ ਫੋਰਮ ਕਰਦੀ ਹੈ, ਜੋ ਕਿ ਕੀ ਹੈ, ਇੱਕ ਫੀਮੇਲ ਗੈਮੀਟ ਹੈ ਜਿਸ ਦੇ ਅੰਦਰ ਐੱਗ ਫੋਰਮ ਹੁੰਦਾ। ਉਸ ਤੋਂ ਇਲਾਵਾ ਜੇ ਅਸੀਂ ਸਟੇਮਨ ਦੀ ਗੱਲ ਕਰੀਏ, ਤਾਂ ਸਟੇਮਨ ਦੇ ਵਿੱਚ ਜਿਹੜਾ ਐਂਥਰ ਹੈ ਇਸ ਦੇ ਅੰਦਰ ਪੋਲਨ ਗ੍ਰੇਨਸ ਬਣਦੇ ਨੇ, ਉਹ ਪੋਲਨ ਗ੍ਰੇਨਸ ਜਿਹੜੇ ਹੁੰਦੇ ਨੇ ਉਹ ਮੇਲ ਗੈਮੀਟ ਹੁੰਦੇ ਨੇ। ਤਾਂ ਹੁਣ ਅਸੀਂ ਦੇਖ ਲਿਆ ਕਿ ਫਲਾਵਰ ਦੇ ਅੰਦਰ ਮੇਲ ਗੈਮੀਟ ਜਿਹੜਾ ਹੈ ਉਹ ਕੀ ਹੈ, ਪੋਲਨ ਗ੍ਰੇਨ, ਅਤੇ ਫੀਮੇਲ ਗੈਮੀਟ ਓਵਿਊਲ ਦੇ ਅੰਦਰ ਮੌਜੂਦ ਐੱਗ। ਇਹਨਾਂ ਦੀ ਜਦੋਂ ਆਪਸ ਦੇ ਵਿੱਚ ਫਰਟੀਲਾਈਜੇਸ਼ਨ ਹੁੰਦੀ ਹੈ, ਤਾਂ ਉੱਥੋਂ ਜ਼ਾਈਗੋਟ ਫੋਰਮ ਹੁੰਦਾ। ਤਾਂ ਦੇਖਦੇ ਹਾਂ ਕਿ ਕਿੱਦਾਂ ਇਹਨਾਂ ਦੇ ਕੇਸ ਦੇ ਵਿੱਚ ਰਿਪ੍ਰੋਡਕਸ਼ਨ ਹੁੰਦੀ ਹੈ। ਰਿਪ੍ਰੋਡਕਸ਼ਨ ਪੜ੍ਹਨ ਦੇ ਲਈ ਸਾਨੂੰ ਓਵਰੀ ਦੇ ਅੰਦਰ ਓਵਿਊਲ ਦਾ ਸਟਰਕਚਰ ਦੇਖਣਾ ਪਊਗਾ। ਇਹ ਓਵਿਊਲ ਦਾ ਸਟਰਕਚਰ ਹੈ ਜਿਸ ਦੇ ਵਿੱਚ ਤੁਹਾਨੂੰ ਇਹ ਜਿਹੜਾ ਪੋਰਸ਼ਨ ਦਿਖ ਰਿਹਾ ਇਹ ਚੈਲੇਜਾ ਹੈ, ਇਹ ਇਸ ਦੀਆਂ ਜੋ ਕਵਰਿੰਗਸ ਦਿਖ ਰਹੀਆਂ ਨੇ ਇਹਨਾਂ ਨੂੰ ਬੋਲਿਆ ਜਾਂਦਾ ਹੈ ਇੰਟੈਗਿਊਮੈਂਟਸ, ਅਤੇ ਇਹ ਜੋ ਸਟਰਕਚਰ ਇਸ ਦੇ ਵਿੱਚੋਂ ਜਾ ਰਿਹਾ ਇਸ ਨੂੰ ਬੋਲਿਆ ਜਾਂਦਾ ਹੈ ਰੈਫੇ, ਅਤੇ ਇਹ ਏਰੀਆ ਜੋ ਐਮਬਰੀਓਸੈਕ ਦੇ ਅਰਾਊਂਡ ਪ੍ਰੈਜੈਂਟ ਹੈ ਇਸ ਨੂੰ ਬੋਲਿਆ ਜਾਂਦਾ ਹੈ ਨਿਊਸੈਲਸ। ਉਸ ਤੋਂ ਇਲਾਵਾ ਜਿਹੜਾ ਇਹ ਐਮਬਰੀਓਸੈਕ ਹੈ ਇਸ ਦੇ ਵਿੱਚ ਸਾਨੂੰ ਇਸ ਜਗ੍ਹਾ ਦੇ ਵਿੱਚ ਜਿਹੜਾ ਹੈ ਉਹ ਐੱਗ ਅਪੈਰੇਟਸ ਦਿਖ ਰਿਹਾ। ਇਸ ਦੇ ਵਿੱਚ ਦੋ ਸਾਈਡਸ ਦੇ ਉੱਪਰ ਸਿਨਰਜਿਡ ਸੈਲਸ ਜਾਂ ਸਿਨਰਜਿਡਸ ਮੌਜੂਦ ਨੇ। ਇਹਦੇ ਨਾਲ ਜੋ ਸੈਂਟਰ ਦੇ ਵਿੱਚ ਸੈੱਲ ਮੌਜੂਦ ਹੈ ਉਸਨੂੰ ਅਸੀਂ ਬੋਲਦੇ ਹਾਂ ਐੱਗ ਸੈੱਲ। ਉਸ ਤੋਂ ਉੱਪਰ ਸਾਨੂੰ ਦੋ ਪੋਲਰ ਨਿਊਕਲੀਆਈ ਦਿਖਾਈ ਦੇ ਰਹੇ ਨੇ। ਉਸ ਤੋਂ ਇਲਾਵਾ ਇਸ ਦੇ ਓਪੋਜ਼ਿਟ ਪੋਲ ਦੇ ਉੱਪਰ ਸਾਨੂੰ ਐਂਟੀਪੋਡਲ ਸੈਲਸ ਜਾਂ ਐਂਟੀਪੋਡਾਲ ਸੈਲਸ ਦਿਖ ਰਹੇ ਨੇ। ਐੱਗ ਦੇ ਓਪੋਜ਼ਿਟ ਜੋ ਏਰੀਆ ਹੋਊਗਾ ਉਹ ਹੋਊਗਾ ਚੈਲੇਜਾ, ਅਤੇ ਐੱਗ ਵਾਲੀ ਸਾਈਡ ਨੂੰ ਜਿਹੜਾ ਏਰੀਆ ਹੋਊਗਾ ਉਸਨੂੰ ਅਸੀਂ ਬੋਲਦੇ ਹਾਂ ਮਾਈਕਰੋਪਾਈਲ। ਹੁਣ ਇਹ ਜਿਹੜੇ
ਐੱਗ ਦੇ ਨਾਲ ਸਿਨਰਜਿਡਸ ਮੌਜੂਦ ਨੇ, ਇਹਨਾਂ ਨੇ ਇੰਡੀਕੇਸ਼ਨ ਦੇਣੀ ਹੈ ਜਦੋਂ ਬਾਹਰ ਤੋਂ ਪੋਲਨ ਟਿਊਬ ਨੇ ਮੇਲ ਗੈਮੀਟਸ ਨੂੰ ਇਸ ਐੱਗ ਦੇ ਨਾਲ ਫਿਊਜ਼ ਕਰਾਉਣਾ ਹੋਊਗਾ, ਤਾਂ ਇਹ ਸਿਨਰਜਿਡਸ ਜਿਹੜੀਆਂ ਨੇ ਉਹ ਉਸਨੂੰ ਇੰਡੀਕੇਸ਼ਨ ਦੇਣਗੀਆਂ ਕਿ ਇੱਥੋਂ ਐਂਟਰੀ ਹੋਣੀ ਹੈ। ਇਹ ਸਟਰਕਚਰ ਜਿਹੜਾ ਹੈਗਾ ਇਹ ਪ੍ਰਾਇਰ ਫਰਟੀਲਾਈਜੇਸ਼ਨ ਹੈ, ਮਤਲਬ ਫਰਟੀਲਾਈਜੇਸ਼ਨ ਤੋਂ ਪਹਿਲਾਂ ਓਵਿਊਲ ਇੱਦਾਂ ਦਾ ਹੁੰਦਾ ਅਤੇ ਐੱਗ ਉਸ ਦੇ ਵਿੱਚ ਇੱਦਾਂ ਪਿਆ ਹੁੰਦਾ। ਫਲਾਵਰ ਦੇ ਅੰਦਰ ਜੋ ਓਵਰੀ ਹੈ, ਉਸ ਓਵਰੀ ਦੇ ਅੰਦਰ ਜਿਹੜੇ ਓਵਿਊਲਸ ਨੇ ਉਹਨਾਂ ਦੇ ਅੰਦਰ ਮੀਗਾਸਪੋਰ ਮਦਰ ਸੈੱਲਸ ਹੁੰਦੇ ਨੇ, ਅਤੇ ਮੀਗਾਸਪੋਰ ਮਦਰ ਸੈੱਲਸ ਦੀ ਪਲੋਇਡੀ ਜਿਹੜੀ ਹੈ ਉਹ ਡਿਪਲੋਇਡ ਹੁੰਦੀ ਹੈ। ਫਿਰ ਇਹ ਮੀਗਾਸਪੋਰ ਮਦਰ ਸੈੱਲਸ ਨੇ ਜਿਹੜੇ ਉਹਨਾਂ ਦੇ ਵਿੱਚ ਮਾਈਓਸਿਸ ਹੁੰਦੀ ਹੈ, ਉਹ ਮਾਈਓਸਿਸ ਤੋਂ ਬਾਅਦ ਉੱਥੋਂ ਚਾਰ ਜਿਹੜੇ ਨੇ ਮੀਗਾਸਪੋਰਸ ਬਣਦੇ ਨੇ, ਉਹਨਾਂ ਦੇ ਵਿੱਚੋਂ ਤਿੰਨ ਜਿਹੜੇ ਨੇ ਉਹ ਡੀਜਨਰੇਟ ਹੋ ਜਾਂਦੇ ਨੇ, ਸਿਰਫ ਇੱਕ ਜਿਹੜਾ ਹੈ ਉਹ ਅੱਗੇ ਮਾਈਟੋਸਿਸ ਦੇ ਥਰੂ ਜਿਹੜਾ ਹੈ ਉਹ ਇਹ ਵਾਲਾ ਸਟਰਕਚਰ ਜਿਹੜਾ ਹੈ ਉਹ ਫੋਰਮ ਕਰਦਾ। 7 celled 8 nucleate ਜਿਹੜੀ ਹੈ ਸਟੇਜ ਫੋਰਮ ਹੁੰਦੀ ਹੈ ਜਦੋਂ ਮਾਈਟੋਸਿਸ ਹੋ ਜਾਂਦੀ ਹੈ ਮੀਗਾਸਪੋਰ ਸੈੱਲਸ ਦੇ ਵਿੱਚ। ਹੁਣ ਮੀਗਾਸਪੋਰ ਮਦਰ ਸੈੱਲ ਤੋਂ ਜਿਹੜਾ ਇਹ ਐਮਬਰੀਓ ਸੈਕ ਬਣਿਆ, ਹੁਣ ਇਹਦੇ ਵਿੱਚ ਹੋਏਗੀ ਫਰਟੀਲਾਈਜੇਸ਼ਨ, ਉਹ ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਹੁਣ ਜੋ ਤੁਸੀਂ ਓਵਰੀ ਦਾ ਸਟਰਕਚਰ ਦੇਖ ਪਾ ਰਹੇ ਹੋ, ਇਸ ਦੇ ਵਿੱਚ ਸਟਿਗਮਾ ਦੇ ਉੱਪਰ ਆਲਰੇਡੀ ਆਫਟਰ ਪੋਲੀਨੇਸ਼ਨ ਜਿਹੜਾ ਹੈ ਪੋਲਨ ਗ੍ਰੇਨ ਆ ਕੇ ਸਟਿੱਕ ਹੋ ਚੁੱਕਿਆ। ਹੁਣ ਪੋਲਨ ਗ੍ਰੇਨ ਨੇ ਜਿਹੜੀ ਆਲਰੇਡੀ ਇੱਥੇ ਪੋਲਨ ਟਿਊਬ ਵੀ ਬਣਾ ਲਈ ਹੈ ਓਵਰੀ ਦੇ ਟਿਸ਼ੂ ਨੂੰ ਇਨਵੇਡ ਕਰਦੇ ਹੋਏ। ਹੁਣ ਪੋਲਨ ਟਿਊਬ ਦੇ ਅੰਦਰ ਦੋ ਮੇਲ ਗੈਮੀਟ ਮੌਜੂਦ ਹੁੰਦੇ ਨੇ ਜਿਹੜੇ ਕਿ ਅੱਗੇ ਜਾ ਕੇ ਫਰਟੀਲਾਈਜੇਸ਼ਨ ਕਰਨਗੇ। ਇਹਨਾਂ ਦੇ ਵਿੱਚੋਂ ਇੱਕ ਮੇਲ ਗੈਮੀਟ ਇਸ ਐੱਗ ਦੇ ਨਾਲ ਜਾ ਕੇ ਫਿਊਜ਼ ਕਰੇਗਾ, ਅਤੇ ਇੱਥੇ ਜਿਹੜੀ ਫਰਟੀਲਾਈਜੇਸ਼ਨ ਹੋਏਗੀ ਉਸਨੂੰ ਅਸੀਂ ਬੋਲਾਂਗੇ ਸਿਨਗੈਮੀ, ਅਤੇ ਇਸ ਸਿਨਗੈਮੀ ਦੇ ਕਰਕੇ ਇੱਥੇ ਜਿਹੜਾ ਹੈ ਕਿ ਐਮਬਰੀਓ ਫੋਰਮ ਹੋਏਗਾ। ਮਤਲਬ ਕੀ ਹੈ, ਪਹਿਲਾਂ ਇੱਥੇ ਜਦੋਂ ਫਿਊਜ਼ਨ ਹੋਏਗੀ ਮੇਲ ਗੈਮੀਟ ਦੀ ਅਤੇ ਐੱਗ ਦੀ, ਤਾਂ ਇੱਥੇ ਬਣੇਗਾ ਜ਼ਾਈਗੋਟ, ਇਸ ਜ਼ਾਈਗੋਟ ਤੋਂ ਅੱਗੇ ਬਣੇਗਾ ਐਮਬਰੀਓ। ਉਸ ਤੋਂ ਬਾਅਦ ਜਿਹੜੇ ਇਹ ਦੋ ਪੋਲਰ ਨਿਊਕਲੀਆਈ ਸੀ ਇਹਨਾਂ ਨੇ ਫਿਊਜ਼ ਕਰਕੇ ਕੀ ਬਣਾ ਲਿਆ ਸੀ, ਸੈਕੰਡਰੀ ਨਿਊਕਲੀਆਈ। ਹੁਣ ਉਸ ਸੈਕੰਡਰੀ ਨਿਊਕਲੀਆਈ ਦੇ ਨਾਲ ਇੱਥੋਂ ਇੱਕ ਮੇਲ ਗੈਮੀਟ ਜਾ ਕੇ ਇੱਥੇ ਫਿਊਜ਼ ਕਰ ਜਾਏਗਾ, ਜਿਹਦੇ ਕਰਕੇ ਇੱਥੇ ਕੀ ਬਣੇਗਾ, ਪ੍ਰਾਇਮਰੀ ਐਂਡੋਸਪਰਮ ਨਿਊਕਲੀਆਈ ਬਣੇਗਾ, ਅਤੇ ਜਿਸ ਤੋਂ ਲੇਟਰ ਔਨ ਐਂਡੋਸਪਰਮ ਬਣੇਗਾ। ਹੁਣ ਇਸੇ ਪੈਨ ਨੇ ਕੀ ਕਰਨਾ, ਜਿਹੜਾ ਐਂਡੋਸਪਰਮ ਫੋਰਮ ਕਰਨਾ ਉਹ ਇੱਥੇ ਬਣੇ ਹੋਏ ਐਮਬਰੀਓ ਨੂੰ ਨਰਿਸ਼ ਕਰੇਗਾ। ਸੋ ਇਸ ਤਰੀਕੇ ਨਾਲ ਜਿਹੜੀ ਹੈ ਉਹ ਫਰਟੀਲਾਈਜੇਸ਼ਨ ਹੁੰਦੀ, ਕਿਉਂਕਿ ਇੱਕ ਵਾਰ ਫਰਟੀਲਾਈਜੇਸ਼ਨ ਇੱਥੇ ਹੋਈ ਹੈ ਜਿਸਨੂੰ ਅਸੀਂ ਸਿਨਗੈਮੀ ਬੋਲਿਆ ਸੀ, ਅਤੇ ਸੈਕਿੰਡ ਟਾਈਮ ਜਿਹੜੀ ਹੈ ਦੂਸਰੇ ਮੇਲ ਗੈਮੀਟ ਦੀ ਫਰਟੀਲਾਈਜੇਸ਼ਨ ਇੱਥੇ ਹੋਈ ਹੈ, ਅਤੇ ਇਸ ਕਰਕੇ ਅਸੀਂ ਇਸ ਪ੍ਰੋਸੈਸ ਨੂੰ ਡਬਲ ਫਰਟੀਲਾਈਜੇਸ਼ਨ ਕਹਿ ਦਿੰਦੇ ਹਾਂ। ਹੁਣ ਡਬਲ ਫਰਟੀਲਾਈਜੇਸ਼ਨ ਤੋਂ ਬਾਅਦ ਜਦੋਂ ਐਮਬਰੀਓ ਬਣ ਜਾਂਦਾ ਅਤੇ ਐਂਡੋਸਪਰਮ ਬਣ ਜਾਂਦਾ, ਤਾਂ ਇੱਥੇ ਕੀ ਹੋਏਗਾ, ਓਵਰੀ ਜਿਹੜੀ ਹੈ ਉਹ ਰਾਈਪ ਕਰਕੇ ਕੀ ਬਣ ਜਾਂਦੀ ਹੈ, ਫਰੂਟ ਦਾ ਪੈਰੀਕਾਪ ਬਣ ਜਾਂਦੀ ਹੈ, ਅਤੇ ਜਿਹੜੇ ਇਹਦੇ ਅੰਦਰ ਬਾਕੀ ਓਵਿਊਲਸ ਹੁੰਦੇ ਨੇ ਉਹ ਫਰੂਟ ਦੇ ਸੀਡਸ ਬਣ ਜਾਂਦੇ ਨੇ। ਸੋ ਇਸ ਤਰੀਕੇ ਜਿਹੜਾ ਸੀਡਸ ਨੇ ਜਦੋਂ ਫਿਰ ਜਾ ਕੇ ਡਿਸਪਰਸ ਹੋਣਗੇ ਜਾਂ ਅਸੀਂ ਉਹਨਾਂ ਨੂੰ ਕਿਤੇ ਲਗਾਵਾਂਗੇ, ਉਹਨਾਂ ਤੋਂ ਨਵੇਂ ਪਲਾਂਟਸ ਜਿਹੜੇ ਨੇ ਉਹ ਗਰੋ ਕਰ ਸਕਦੇ ਨੇ। ਇਸ ਤਰੀਕੇ ਨਾਲ ਇਹਨਾਂ ਦੇ ਕੇਸ ਦੇ ਵਿੱਚ ਲਾਈਫ ਸਾਈਕਲ ਜਿਹੜਾ ਹੈ ਉਹ ਕੰਪਲੀਟ ਹੋ ਜਾਂਦਾ। ਸੋ ਦਿਸ ਵਾਜ਼ ਆਲ ਅਬਾਊਟ ਦ ਐਂਜੀਓਸਪਰਮਸ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਚੰਗਾ ਲੱਗਿਆ। ਜੇ ਤੁਹਾਨੂੰ ਲੈਕਚਰ ਚੰਗਾ ਲੱਗਿਆ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਕੋਮੈਂਟ ਜ਼ਰੂਰ ਕਰਿਓ।